ਸਵਾਗਤ ਹੈ ਸਾਰੇ ਦੋਸਤਾਂ ਦਾ ਸਵਾਗਤ ਜੀ ਅਸੀਂ ਕੈਨੇਡਾ ਭੇਜਣ ਦੀ ਗੱਲ ਕਰਦੇ ਹਾਂ ਤਾਂ ਜੋ ਬੱਚਾ ਜਿਹੜਾ ਬਾਹਰ ਜਾ ਰਿਹਾ ਉਹਦੇ ਜੇ ਕੋਈ ਸਵਾਲ ਨੇ ਉਹਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਜ਼ਰੂਰ ਮਿਲ ਜਵੇ ਅਸੀਂ ਜਿਹੜਾ ਹਰ ਰੋਜ਼ ਕੰਮ ਕਰਦੇ ਹਾਂ ਉਹਦੀ ਸਾਡੇ ਕੋਲ ਹਰ ਰੋਜ਼ ਅਪਡੇਟ ਹੁੰਦੀ ਹੈ ਜਿਹੜਾ ਕੰਮ ਅਸੀਂ ਕਰਦੇ ਹਾਂ ਉਹਦੇ ਵਿੱਚ ਹਰ ਰੋਜ਼ ਰਿਜ਼ਲਟ ਆਉਂਦੇ ਆ ਅੱਜ ਬਹੁਤ ਸਾਰੇ ਬੱਚਿਆਂ ਦੇ ਵੀਜ਼ੇ ਵੀ ਆਏ ਆ ਅੱਜ ਕਾਫੀ ਬੱਚੇ ਆਂਦੀਆਂ ਰਿਫਿਊਜ਼ ਲਾ ਵੀ ਆਈਆਂ ਅੱਜ ਦੇ ਕੀ ਹਾਲਾਤ ਨੇ ਤੁਸੀਂ ਉਹ ਸਟੂਡੈਂਟ ਹੋ ਜਿਹਨੇ ਫਾਈਲ ਲਾਣੀ ਹੈ ਹਜੇ ਤੁਸੀਂ ਇੱਕ ਐਸੇ ਸਟੂਡੈਂਟ ਹੋ ਜਦੀ ਫਾਈਲ ਐਮਬੈਸੀ ਚ ਫਸੀ ਹੈ ਤੁਸੀਂ ਇੱਕ ਇਹੋ ਜਿਹਾ ਸਟੂਡੈਂਟ ਹੋ ਜਿਹਨੇ ਜ਼ਿੰਦਗੀ ਚ ਪਹਿਲੀ ਵਾਰੀ ਫਾਈਲ ਲਾਈ ਹੈ ਅਸੀਂ ਹਜ਼ਾਰਾਂ ਹੀ ਫਾਈਲਾਂ ਲਾਉਂਦੇ ਆ ਅਸੀਂ ਹਜ਼ਾਰਾਂ ਹੀ ਬੱਚਿਆਂ ਨੂੰ ਭੇਜ ਚੁੱਕੇ ਆ ਸਾਡੇ ਕੋਲ ਤੁਹਾਡੇ ਨਾਲੋਂ ਥੋੜੀ ਜਿਹੀ ਜ਼ਿਆਦਾ ਨੌਲੇਜ ਹੈ ਜੇ ਕੋਈ ਆਦਮੀ ਕੋ ਵਪਾਰ ਰੋਜ਼ ਕਰਦਾ ਉਹਦੇ ਕੋਲ ਹਰ ਰੋਜ਼ ਵਪਾਰ ਦੀ ਇਨਪੁਟ ਹੁੰਦੀ ਹੈ ਅੱਜ ਕਿੱਥੋਂ ਪਤਾ ਲੱਗੇਗਾ ਕਿ ਕੀ ਰੂਲਸ ਰੈਗੂਲੇਸ਼ਨ ਚੱਲਦੇ ਪਏ ਆ ਅੰਗਰੇਜ਼ੀ ਚ ਕਹਾਵਤ ਹੈ ਜਿਹੜਾ ਤੁਹਾਡਾ ਬੈਸਟ ਫਰੈਂਡ ਹੁੰਦਾ ਜਾਂ ਜਿਹੜਾ ਬੈਸਟ ਮਾਸਟਰ ਹੁੰਦਾ ਉਹ ਤੁਹਾਡੀ ਲਾਸਟ ਮਿਸਟੇਕ ਹੁੰਦੀ ਹੈ ਜ਼ਿੰਦਗੀ 'ਚ ਜਿਹੜੀ ਤੁਸੀਂ ਗਲਤੀ ਕੀਤੀ ਹੁੰਦੀ ਹੈ ਜੇਕਰ ਉਸ ਗਲਤੀ ਤੋਂ ਤੁਸੀਂ ਕੁਝ ਸਿੱਖ ਲੈਂਦੇ ਜੇ ਤਾਂ ਦੁਬਾਰਾ ਉਹ ਗਲਤੀ ਨਹੀਂ ਹੁੰਦੀ ਤੁਹਾਡੇ ਤੋਂ ਸਾਡੇ ਕੋਲ ਹਰ ਰੋਜ਼ ਦਾ ਸਟੇਟਸ ਹੈ ਹਰ ਰੋਜ਼ ਦੇ ਵੀਜ਼ੇ ਨੇ ਹਰ ਰੋਜ਼ ਦੀਆਂ ਰਿਫਿਊਜ਼ਲਾਂ ਮੈਨੂੰ ਕਹਿੰਦਾ ਅਸੀਂ ਬਹੁਤ ਸਿਆਣੇ ਆ ਬਹੁਤ ਪੜੇ ਲਿਖੇ ਆ ਹਾਂ ਵੀਜ਼ੇ ਦੇ ਵਿੱਚ ਜ਼ਰੂਰ ਸਾਨੂੰ ਨੌਲੇਜ ਆ ਕਿ ਅੱਜ ਕੈਨੇਡੀਅਨ ਐਂਬੈਸੀ ਕਿਹਨੂੰ ਵੀਜ਼ਾ ਦੇ ਰਹੀ ਹੈ ਕਿਹੜੇ ਬੱਚੇ ਨੂੰ ਵੀਜ਼ਾ ਮਿਲਦਾ ਪਿਆ ਕਿਹੜੇ ਬੱਚੇ ਦੀ ਵੀਜ਼ਾ ਰਿਫਿਊਜ਼ ਹੋ ਰਿਹਾ ਪਹਿਲਾਂ ਤਾਂ ਲੋਕਾਂ ਨੂੰ ਬਹੁਤ ਫਹਿਮ ਹੈ ਐਸਡੀਐਸ ਨੋਨ ਐਸਡੀਐਸ ਨੂੰ ਲੈ ਕੇ ਜਦੋਂ ਅਸੀਂ ਐਮਬੈਸੀ ਦੇ ਵੈਬਿਨਾਰ ਸੁਣਦੇ ਹਾਂ ਐਮਬੈਸੀ ਦੇ ਅਫਸਰ ਜਦੋਂ ਆਪਣੇ ਵੈਬਿਨਾਰ ਦੇ ਦੌਰਾਨ ਚੀਜ਼ਾਂ ਦੱਸਦੇ ਆ ਉਹ ਸਾਰੀਆਂ ਚੀਜ਼ਾਂ ਡਿਪਲੋਮੈਟਿਕ ਹੁੰਦੀਆਂ ਐ ਐਮਬੈਸੀ ਦੇ ਦਿੱਤੇ ਗਏ ਜਵਾਬ ਦੇ ਕਿੰਨੇ ਹੀ ਮਤਲਬ ਨਿਕਲਦੇ ਆ ਉਹ ਵੀਜ਼ਾ ਦੇਣਾ ਚਾਹੁੰਦੇ ਨੇ ਅੱਜ ਉਹ ਅਜ ਜੈਨੂਅਨ ਬੱਚੇ ਨੂੰ ਵੀਜ਼ਾ ਦੇਣਾ ਚਾਹੁੰਦੇ ਨੇ ਉਹ ਅਜ ਉਸ ਬੱਚੇ ਨੂੰ ਵੀਜ਼ਾ ਦੇਣਾ ਚਾਹੁੰਦੇ ਨੇ ਜਿਨੇ ਆਪਣੀ ਫਾਈਲ ਆਪ ਬਣਾਈ ਆ ਜਿਨੇ ਆਪਣੇ ਪਰਿਵਾਰ ਦੇ ਹਾਲਾਤ ਆਪਣੀ ਫਾਈਲ ਦੀ ਐਸਓਪੀ ਦੇ ਵਿੱਚ ਬਿਆਨ ਕੀਤੇ ਆ ਸਾਡੇ ਕੋਲ ਇੱਕ ਬੱਚੇ ਦਾ ਵੀਜ਼ਾ ਆਇਆ ਜਿਨੇ 2010 ਦੇ ਵਿੱਚ ਬਰਥ ਵੀ ਕੀਤੀ ਸੀ 11 ਸਾਲ ਦਾ ਗੈਪ ਸੀ ਉਹਦਾ ਬੱਚੇ ਦਾ ਸਾਡੇ ਕੋਲ ਇਹੋ ਜਿਹੇ ਬੱਚੇ ਦਾ ਵੀਜ਼ਾ ਆਇਆ ਜਿਹਦੇ ਇੱਕ ਮੋਡਿਊਲ 'ਚ 5 ਬੈਂਡ ਸੀਗੇ ਇਦਾਂ ਦੇ ਬਹੁਤ ਸਾਰੇ ਬੱਚਿਆਂ ਦੇ ਵੀਜ਼ੇ ਆਏ ਜਿਨ੍ਹਾਂ ਦੇ ਦੋ ਦੇ ਵਿੱਚ 5.5 ਸੀਗੇ ਮੈਕਸਿਮਮ ਬੱਚਿਆਂ ਦੇ ਜਿਨ੍ਹਾਂ ਦੇ ਵੀਜ਼ੇ ਆ ਰਹੇ ਆ ਉਹ ਬੱਚੇ ਆ ਜਿਹੜੇ ਪਹਿਲਾਂ ਦੋ ਦੋ ਚਾਰ ਚਾਰ ਵਾਰੀ ਰਿਫਿਊਜ਼ ਨੇ ਕੈਨੇਡੀਅਨ ਐਂਬੈਸੀ ਵੱਲੋਂ ਜਿਹੜੇ ਬੱਚੇ ਨੂੰ ਸਤੰਬਰ 'ਚ ਵੀਜ਼ਾ ਰਿਫਿਊਜ਼ ਕੀਤਾ ਗਿਆ ਸੀਗਾ ਅੱਜ ਉਸੇ ਬੱਚੇ ਨੂੰ ਦੁਬਾਰਾ ਵੀਜ਼ਾ ਦੇ ਦਿੱਤਾ ਗਿਆ ਹੀ ਰੀਜਨ ਸੀ ਇਹਦੇ ਪਿੱਛੇ ਕੀ ਲੌਜੀਕ ਸੀ ਤੁਸੀਂ ਜਦੋਂ ਕੈਨੇਡਾ ਜਾਣਾ ਹੁੰਦਾ ਤੁਸੀਂ ਇੱਕ ਕਾਲਜ ਕੋਰਸ ਚੋਣ ਕਰਕੇ ਕਿਸੇ ਏਜੰਟ ਦੇ ਥਰੂ ਜਾਂ ਡਾਇਰੈਕਟ ਉਸ ਕਾਲਜ ਦੀ ਆਫਰ ਲੈਟਰ ਲੈ ਲੈਂਦੇ ਹੋ ਜਦੋਂ ਤੁਹਾਨੂੰ ਆਫਰ ਲੈਟਰ ਮਿਲ ਜਾਂਦੀ ਹੈ ਫਿਰ ਤੁਸੀਂ ਐਪਲੀਕੇਸ਼ਨ ਲੌਜ ਕਰਦੇ ਹੋ ਐਮਬੈਸੀ ਦੇ ਵਿੱਚ ਐਪਲੀਕੇਸ਼ਨ ਲੌਜ ਕਰਨ ਲੱਗੇ ਆ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਭਰਨਾ ਪੈਂਦਾ ਇਹ ਅੱਠ ਪੇਜਾਂ ਦਾ ਇੱਕ ਫਾਰਮ ਹੁੰਦਾ ਇਦੇ ਵਿੱਚ ਤੁਸੀਂ ਆਪ ਦੀ ਸਾਰੀ ਇਨਫੋਰਮੇਸ਼ਨ ਦਿੰਦੇ ਹੋ ਇਸ ਫਾਰਮ ਦੇ ਉੱਤੇ ਤੁਹਾਡਾ ਕੈਨੇਡਾ ਦਾ ਵੀਜ਼ਾ ਡਿਪੈਂਡ ਕਰਦਾ ਹੈ ਇਸ ਫਾਰਮ ਦੇ ਨਾਲ ਤੁਸੀਂ ਇੱਕ ਫੈਮਿਲੀ ਇਨਫੋਰਮੇਸ਼ਨ ਦਾ ਫਾਰਮ ਲਾਂਦੇ ਹੋ ਇੱਕ ਕੁਐਸਚਨੇਅਰ ਭਰਦੇ ਹੋ ਔਰ ਇੱਕ ਸਟੇਟਮੈਂਟ ਆਫ ਪਰਪਸ ਲਿਖਦੇ ਹੋ ਜਿਨ੍ਹਾਂ ਦੇ ਵੀਜ਼ਾ ਰਿਫਿਊਜ਼ ਹੋਇਆ ਚੈੱਕ ਕਰਿਓ ਤੁਹਾਡੀ ਰਿਫਿਊਜ਼ਲ ਲੈਟਰ 'ਤੇ ਲਿਖਿਆ ਹੋਏਗਾ ਕਿ ਤੁਸੀਂ ਵਾਪਸ ਨਹੀਂ ਆਣਾ ਜਦੋਂ ਕੋਈ ਵੀਜ਼ਾ ਆਫੀਸਰ ਇਹ ਲਿਖਦਾ ਨਾ ਕਿ ਤੁਸੀਂ ਵਾਪਸ ਨਹੀਂ ਆਣਾ ਉਹਦਾ ਰੀਜ਼ਨ ਇਹ ਨਹੀਂ ਹੁੰਦਾ ਤੁਸੀਂ ਵਾਪਸ ਨਹੀਂ ਆਣਾ ਉਹਦੇ ਰੀਜ਼ਨ ਕੁਝ ਹੋਰ ਹੁੰਦੇ ਆ ਜਦੋਂ ਤੁਸੀਂ ਕੇਪ ਨੋਟਸ ਕਢਾਉਂਦੇ ਜੇ ਕੇਪ ਨੋਟ ਚ ਵਿੱਚ ਲਿਖਿਆ ਹੁੰਦਾ ਕਿ ਸਾਨੂੰ ਨਹੀਂ ਲੱਗਾ ਕਿ ਕਿਤੋਂ ਵੀ ਤੈਨੂੰ ਕੋਈ ਮੋਟੀਵੇਸ਼ਨਲ ਕੋਈ ਥੌਟ ਮਿਲਿਆ ਜਾਂ ਤੈਨੂੰ ਕੋਈ ਚੀਜ਼ ਮੋਟੀਵੇਟ ਕਰ ਰਹੀ ਹੈ ਕੈਨੇਡਾ ਜਾਣ ਵਾਸਤੇ ਸਿੱਧੇ ਸਿੱਧੇ ਲਫ਼ਜ਼ਾਂ 'ਚ ਕਹਾਂ ਤਾਂ ਤੁਹਾਨੂੰ ਆਪਣੀ ਐਪਲੀਕੇਸ਼ਨ ਦੀ ਐਸਓਪੀ ਆਪ ਲਿਖਣੀ ਪੈਣੀ ਹੈ ਅੱਜ ਉਸ ਬੱਚੇ ਨੂੰ ਵੀਜ਼ਾ ਮਿਲਦਾ ਪਿਆ ਜਿਹੜਾ ਆਪਣੇ ਹਾਲਾਤ ਬਿਆਨ ਕਰਦਾ ਪਿਆ ਇੱਕ ਬੱਚੇ ਨੇ 3-4 ਸਾਲ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕੀਤੀ ਉਹਨੇ ਸਾਰੇ ਪ੍ਰੂਫ ਨਾਲ ਲਾਤੇ ਉਹਦਾ ਵੀਜ਼ਾ ਆ ਗਿਆ ਇੱਕ ਬੱਚਾ ਫੇਲ ਹੋਇਆ ਉਹਨੇ ਮੈਸੀ ਨੂੰ ਦੱਸਿਆ ਕਿ ਮੈਂ ਦੋ ਵਾਰੀ ਫੇਲ ਹੋਇਆ ਉਹਦਾ ਵੀਜ਼ਾ ਆ ਗਿਆ ਅੱਜ ਬਹੁਤ ਸਾਰੇ ਬੱਚਿਆਂ ਦੇ AIP ਤੋਂ ਬਾਅਦ ਵੀਜ਼ਾ ਰਿਫਿਊਜ਼ ਹੋ ਰਹੇ ਕਿਉਂ ਵੀਜ਼ਾ ਰਿਫਿਊਜ਼ ਹੋ ਰਿਹਾ ਹੈ ਅੱਜ 5 ਸਾਲ ਹੋ ਗਏ ਮੈਨੂੰ ਇਹ ਰੌਲਾ ਪਾਉਂਦੇ ਆਂ ਕਿ ਭਾਈ ਆਪ ਦੇ ਗੈਪ ਦਾ ਕੋਈ ਜਾਲੀ ਕਾਗਜ਼ ਨਾ ਲਾਓ ਅੱਜ ਸ਼ਾਇਦ ਹੀ ਕੋਈ ਵਿਰਲਾ ਇਦਾਂ ਦਾ ਹੋਵੇ ਜਿਨੇ ਆਪਣੀ ਐਪਲੀਕੇਸ਼ਨ ਦੇ ਵਿੱਚ ਗੈਪ ਤੋਂ ਬਾਅਦ ਕੋਈ ਫਰਜੀ ਕਾਗਜ਼ ਨਾ ਲਾਇਆ ਹੋਵੇ ਤੁਸੀਂ ਜਿਸ ਵੀ ਏਜੰਟ ਕੋ ਜਾਂਦੇ ਜੇ ਫਾਈਲ ਲੈ ਕੇ ਤੁਸੀਂ 2018 ਚ ਪਲੱਸ 2 ਕੀਤੀ ਹੈ 3 ਸਾਲ ਦਾ ਤੁਹਾਡਾ ਗੈਪ ਹੈ ਅਗਲਾ ਕਹਿੰਦਾ 2 ਸਾਲ ਦਾ ਬਣਾਓ ਕੰਪਿਊਟਰ ਦਾ ਡਿਪਲੋਮਾ ਆਏ ਸੋ ਸਰਟੀਫਾਈਡ ਕੰਪਿਊਟਰ ਦਾ ਡਿਪਲੋਮਾ ਬਣਾ ਲਓ ਮੈਨੇਜਮੈਂਟ ਦਾ ਡਿਪਲੋਮਾ ਬਣਾ ਲਓ ਤੁਹਾਡਾ ਬੇੜਾ ਗਰ ਕਰ ਦਿੰਦਾ ਉਹ ਡਿਪਲੋਮਾ ਜਿਹੜੇ ਤੁਸੀਂ ਗੈਪ ਤੇ ਕਾਗਜ਼ ਪੂਰੇ ਕਰਦੇ ਹੋ ਫਰਜੀ ਵਰਕ ਐਕਸਪੀਰੀਅੰਸ ਬਣਾ ਕੇ ਇੱਕ ਕੰਪਿਊਟਰ ਤੋਂ ਲੈਟਰ ਪੈਡ ਤੁਸੀਂ ਆਪ ਬਣਾਉਂਦੇ ਹੋ ਵਰਡ ਦੇ ਵਿੱਚ ਜਾ ਕੇ ਉੱਤੇ ਲਿਖ ਦਿੰਦੇ ਹੋ ਕਿ ਮੈਂ ਇੱਥੇ ਜੀ ਸੇਲਜ਼ ਆਫੀਸਰ ਦਾ ਕੰਮ ਕਰਦਾ ਸੀ ਔਰ ਮੇਰੀ 8500 ਰੁਪਿਆ ਤਨਖਾਹ ਸੀ ਨਹੀਂ ਮਿਲਦਾ ਪਿਆ ਇਹੋ ਜੀ ਬੱਚਿਆਂ ਨੂੰ ਵੀਜ਼ਾ ਉਹ ਟਾਈਮ ਹੋਰ ਸੀਗੇ ਜਦੋਂ ਕੈਨੇਡਾ ਨੂੰ ਲੋਡ ਸੀਗੀ ਤਾਂ ਉਹਨੇ ਫਰਜੀ ਕਾਗਜ਼ਾਂ ਦੇ ਉੱਤੇ ਵੀ ਵੀਜ਼ਾ ਦਿੱਤੇ ਉਹ ਨਹੀਂ ਸੀਗੀ ਚੈੱਕ ਕਰਦੇ ਐਪਲੀਕੇਸ਼ਨਾਂ ਅੱਜ ਕੱਲੀ ਕੱਲੀ ਐਪਲੀਕੇਸ਼ਨ ਚੈੱਕ ਹੋ ਰਹੀ ਹੈ ਜਿਹੜੇ ਬੱਚਿਆਂ ਦਾ ਗੈਪ ਹੈ ਗੈਪ ਚ ਤੁਸੀਂ ਖਾਲੀ ਛੱਡ ਦੋਗੇ ਵੀਜ਼ਾ ਆ ਜਾਊਗਾ ਜੇ ਕੋਈ ਫਰਜੀ ਕਾਗਜ਼ ਲਾਓਗੇ ਨਾ ਫੇਰ ਵੀਜ਼ਾ ਨਹੀਂ ਜਿ ਆਣਾ ਜਿੰਨੇ ਕ ਬੱਚਿਆਂ ਦੀਆਂ ਏਆਈਪੀ ਕੈਨਸਲ ਹੋਈਆਂ ਚੈੱਕ ਕਰ ਲਓ ਤੁਹਾਡੇ ਗੈਪ ਦੇ ਵਿੱਚ ਪ੍ਰੋਬਲਮ ਸੀਗੀ ਤਾਂ ਤੁਹਾਡੀ ਏਆਈਪੀ ਰਿਜੈਕਟ ਹੋਈ ਹੈ ਅਸੀਂ 12 12 14 14 ਸਾਲ ਦੇ ਗੈਪ ਤੇ ਵੀਜ਼ੇ ਲਏ ਆ ਕਿਉਂਕਿ ਕਿ ਇਮਾਨਦਾਰੀ ਤੁਹਾਨੂੰ ਦੱਸਣੀ ਪੈਣੀ ਹੈ ਤੁਹਾਨੂੰ ਆਫੀਸਰ ਨੂੰ ਦੱਸਣਾ ਪੈਣਾ ਕਿ ਤੁਸੀਂ ਇਸ ਗੈਪ ਦੇ ਦੌਰਾਨ ਕੀ ਕੀਤਾ ਸੀ ਅੱਜ ਦੇ ਹਾਲਾਤ ਦੱਸਦੇ ਨਾ ਅੱਜ ਦਾ ਕੀ ਹਾਲਾਤ ਹੈ ਅਜ ਮੈਕਸਿਮਮ ਰਿਵਿਜ਼ੀਅਰ ਰਿਫਿਊਜ਼ ਹੋ ਰਿਹਾ ਹੈ ਵੀਜ਼ਾ ਰਿਫਿਊਜ਼ ਹੋਣ ਪਿੱਛੇ ਤਿੰਨ ਰੀਜ਼ਨ ਨੇ ਸਭ ਤੋਂ ਪਹਿਲਾ ਰੀਜ਼ਨ ਅੰਬੈਸੀ ਇਸ ਟਾਈਮ ਬਹੁਤ ਜ਼ਿਆਦਾ ਸਟ੍ਰਿਕਟ ਹੈ ਗੈਪ ਦੇ ਕਾਗਜ਼ਾਂ ਨੂੰ ਲੈ ਕੇ ਤੁਸੀਂ ਗਿਆਪ ਦਾ ਕੋਈ ਵੀ ਫਰਜ਼ੀ ਕਾਗਜ਼ ਲਾਇਆ ਵੀਜ਼ਾ ਰਿਫਿਊਜ਼ ਹੋਣਾ ਜੇ ਉਹ ਪੈਨ ਤੱਕ ਤੁਹਾਨੂੰ ਕਰ ਸਕਦੇ ਨੇ ਤੁਹਾਡੀ ਫਾਈਲ ਦੇ ਵਿੱਚ ਕੋਈ ਐਸ ਡੀ ਐਸ ਨੋਨ ਐਸ ਡੀ ਐਸ ਨਹੀਂ ਹੈਗਾ ਭੁੱਲ ਜੋ ਇਸ ਚੀਜ਼ ਨੂੰ ਤੁਸੀਂ ਕੈਨੇਡਾ ਪੜਨ ਚੱਲੇ ਹੋ ਜਿੰਨੇ ਜ਼ਿਆਦਾ ਤੁਹਾਡੇ ਬੈਂਡ ਹੋਣਗੇ ਓਨੇ ਜ਼ਿਆਦਾ ਚਾਂਸ ਜੇ ਵੀ ਜੇ ਕਿਤੇ ਨਹੀਂ ਲਿਖਿਆ ਕਿ ਜੀ 5 ਬੈਂਡ ਚਾਹੀਦੇ ਆ ਤੇ ਕਿਤੇ ਨਹੀਂ ਲਿਖਿਆ 7 ਬੈਂਡ ਚਾਹੀਦੇ ਆ ਤੁਹਾਡਾ ਕੋਲ ਜਿੱਥੇ ਪੜਨ ਚੱਲੇ ਹੋ ਕੋਰਸ ਦੀ ਤੁਸੀਂ ਜਿਹੜੀ ਰਿਕੁਆਇਰਮੈਂਟ ਆ ਉਹ ਪੂਰੀ ਕਰਨੀ ਹੈ ਤੁਹਾਡੇ ਕਾਲਜ ਦੀ ਕੋਰਸ ਦੀ ਬੇਸਿਕ ਰਿਕੁਆਇਰਮੈਂਟ 6 ਬੈਂਡ ਆ ਮੈਨੂੰ ਕਿਹਾ 6 ਬੈਂਡ ਦਾ ਵੀਜ਼ਾ ਨਹੀਂ ਆਉਂਦੇ ਤੁਹਾਡੇ 7 ਬੈਂਡ ਕਿਉਂ ਨਹੀਂ ਹੈਗੇ ਤੁਸੀਂ 8 ਬੈਂਡ ਕਿਉਂ ਨਹੀਂ ਲਏ ਜਿੰਨੇ ਜ਼ਿਆਦਾ ਬੈਂਡ ਹੋਣਗੇ ਉਨੇ ਹੀ ਜ਼ਿਆਦਾ ਚਾਂਸ ਹੈ ਕਿ ਤੁਸੀਂ ਇੰਗਲਿਸ਼ ਦੀ ਰਿਕੁਆਇਰਮੈਂਟ ਪੂਰੀ ਕਰਜੋਗੇ ਉਸ ਕਾਲਜ ਦੀ ਉਸ ਕੋਰਸ ਦੀ ਅੱਜ 6 6.5 ਬੈਂਡ ਵਾਲਾ ਕੇਸ ਵੀ ਰਿਫਿਊਜ਼ ਹੋ ਰਿਹਾ ਹੈ ਦੇਖਣ ਵਾਲੀ ਗੱਲ ਇਹ ਆ ਵੀ ਜਿਹੜੇ ਬੈਂਡ ਤੁਸੀਂ ਲਏ ਆ ਕੱਲੇ ਕੱਲੇ ਮੋਡਿਊਲ ਚ ਕਿੰਨੇ ਬੈਂਡ ਆ ਤੁਹਾਡੇ ਔਰ ਤੁਸੀਂ ਕੋਰਸ ਕਿਹੜਾ ਲਿਆ ਵਾ ਕੋਰਸ ਤੁਸੀਂ ਲੈ ਲਿਆ ਜਰਨਲਿਜ਼ਮ ਦਾ ਕੋਰਸ ਦੇ ਵਿੱਚ ਬੈਂਡ ਚਾਹੀਦੀ ਆ ਰੀਡਿੰਗ ਰਾਈਟਿੰਗ ਦੇ ਵਿੱਚ 6 6.5 ਤੁਹਾਡੇ ਹੈਗੇ ਆ 5 5.5 ਵੀਜ਼ਾ ਰਿਫਿਊਜ਼ ਹੋ ਜਾਣਾ ਤੁਹਾਡਾ ਇੱਕ ਬੇਸਿਕ ਰਿਕੁਆਇਰਮੈਂਟ ਹੈ ਅਜ ਐਮਬੈਸੀ ਦੀ ਕਿ 6 ਬੈਂਡ ਈਚ ਜੇ ਹੈਗੇ ਆ ਤਾਂ ਉਹਨਾਂ ਨੇ ਫਾਈਲ ਤੁਹਾਡੀ ਚੁੱਕਣੀ ਹੈ ਜਿਨ੍ਹਾਂ ਦੇ 6C ਚ ਨਹੀਂ ਹੈਗੇ ਚਾਂਸ ਘਟ ਨੇ ਮੈਂ ਨਹੀਂ ਕਹਿੰਦਾ ਨਹੀਂ ਵੀਜ਼ਾ ਆਣਾ ਤੁਹਾਡਾ ਤੁਹਾਡੇ 6C ਚ ਹੈਗੇ ਆ ਤੁਹਾਡੇ 6.5 ਹੈ 7 ਹੈ ਤੁਹਾਡੇ ਤੁਸੀਂ ਪੋਜ਼ਿਟਿਵ ਕੈਟਾਗਰੀ ਚਾਹੁੰਦੇ ਪਿਓ ਦੂਸਰੀ ਚੀਜ਼ এডਿਕੇਸ਼ਨ ਦੇ ਨੰਬਰ ਤੁਸੀਂ 10ਵੀਂ 12ਵੀਂ ਚ ਘੱਟ ਨੰਬਰ ਨੇ ਤੁਸੀਂ ਉਹਨੂੰ ਇੰਪਰੂਵ ਨਹੀਂ ਕਰ ਸਕਦੇ ਤੁਹਾਡੀ ਪ੍ਰੋਫਾਈਲ ਵੀਕ ਹੈ ਤੁਸੀਂ ਬੈਂਡ ਤਾਂ ਵੱਧ ਲੈ ਸਕਦੇ ਹੋ ਅੱਜ ਮੈਕਸਿਮਮ ਲੋਕਾਂ ਨੂੰ ਪਤਾ ਕਿ ਕਿਸੇ ਵੀ ਕਾਲਜ ਯੂਨੀਵਰਸਿਟੀ ਚ ਕੈਨੇਡਾ ਚ ਦਾਖਲਾ ਲੈਣਾ ਹੈ ਉਹਦੇ ਲਈ ਮੈਥ ਜ਼ਰੂਰੀ ਹੈ ਮੈਥ ਤੁਹਾਡੇ ਕੋਲ ਹੈਗਾ ਨਹੀਂ ਤੁਸੀਂ ਮੈਡੀਕਲ ਦੇ ਕੋਰਸ ਚ ਦਾਖਲਾ ਨਹੀਂ ਲੈ ਸਕਦੇ ਮੈਕਸਿਮਮ ਕੇਸਾਂ ਚ ਰਿਫਿਊਜ਼ਲ ਆ ਜਾਂਦਾ ਤੁਸੀਂ ਯੂਨੀਵਰਸਿਟੀ ਦੇ ਡਿਗਰੀ ਪ੍ਰੋਗਰਾਮ ਚ ਦਾਖਲਾ ਲੈ ਲਿਆ ਬੀ ਕਾਮ ਚ ਕੱਲ ਦੀ ਗੱਲ ਸੁਣਾ ਰਿਆ ਕੱਲ ਇੱਕ ਸਟੂਡੈਂਟ ਸਾਡੇ ਕੋਲ ਪਹੁੰਚਿਆ ਸਟੂਡੈਂਟ ਨੇ ਬੀ ਕਾਮ ਦੇ ਵਿੱਚ ਦਾਖਲਾ ਲਿਆ ਟੋਰਾਂਟੋ ਦੀ ਇੱਕ ਯੂਨੀਵਰਸਿਟੀ ਚ ਪਲੱਸ 2 ਦੇ ਵਿੱਚ ਉਹਦੇ ਕੋਲ ਮੈਥ ਨਹੀਂ ਹੈਗਾ ਕਿਉਂਕਿ ਸਾਡੇ ਮੈਥ ਨਹੀਂ ਹੁੰਦਾ ਕਾਮਰਸ ਦੇ ਵਿੱਚ ਉਹਦਾ ਵੀਜ਼ਾ ਰਿਫਿਊਜ਼ ਕੀਤਾ ਗਿਆ ਅੰਬੈਸੀ ਵੱਲੋਂ ਕਹਿ ਕੇ ਕਿ ਤੇਰੇ ਕੋਰਸ ਦੀ ਰਿਕੁਆਇਰਮੈਂਟ ਮੈਥ ਸੀਗੀ ਹੁਣ ਜਦੋਂ ਇੰਡੀਅਨ ਸਿਸਟਮ ਦੇ ਨਾਲ ਦੇਖਾਂਗੇ ਸਾਡੇ ਨਾ ਤਾਂ ਮੈਡੀਕਲ ਦਾ ਜਿਹੜਾ ਐਗਜ਼ਾਮ ਕਰਦੇ ਅਸੀਂ ਫਿਜ਼ਿਕ, ਕੈਮਿਸਟਰੀ, ਬਾਇਓਲੋਜੀ ਜਾਂ ਕਾਮਰਸ ਦੇ ਕੋਰਸ ਲੈ ਲਈਏ ਜਾਂ ਆਰਟਸ ਲੈ ਲਈਏ ਇਹ ਤਿੰਨਾਂ ਦੇ ਵਿੱਚ ਮੈਥ ਨਹੀਂ ਹੁੰਦਾ ਜਿੱਤੇ ਨਾਲ ਜੈ ਮੈਥ ਨਹੀਂ ਹੈਗਾ ਨਾ ਤੇ ਕੋਰਸ ਵੀ ਤੁਸੀਂ ਇਦਾਂ ਦਾ ਲੈ ਲਿਆ ਤੇ ਵੀਜ਼ਾ ਨਹੀਂ ਆਣਾ ਤੁਹਾਡਾ ਦੇ ਆਰ ਵੈਰੀ ਸਟ੍ਰਿਕਟ ਮੈਂ ਤੁਹਾਨੂੰ ਉਹ ਨੁਕਤੇ ਦੱਸੂਗਾ ਜਿੱਦੇ ਨਾਲ ਤੁਸੀਂ 100% ਵੀਜ਼ੇ ਤੇ ਪਹੁੰਚੋਗੇ ਕਿਦਾਂ ਤੁਸੀਂ 100% ਵੀਜ਼ਾ ਹਾਸਲ ਕਰਨਾ ਸਭ ਤੋਂ ਪਹਿਲਾਂ ਤੁਹਾਡੇ ਬੈਂਡ 6.5 7 ਹੋਣੇ ਚਾਹੀਦੇ ਆ ਜਿੰਨੇ ਜ਼ਿਆਦਾ ਬੈਂਡ ਹੋਣਗੇ ਉਹਨੇ ਜ਼ਿਆਦਾ ਚਾਂਸ ਜੇ ਵੀਜ਼ੇ ਦੇ ਨੰਬਰ ਦੂਸਰਾ ਤੁਸੀਂ ਮੈਥ ਵਾਲੇ ਕੋਰਸ ਦੇ ਵਿੱਚ ਦਾਖਲਾ ਲੈਣਾ ਜੇ ਤੁਸੀਂ ਮੈਥ ਰੱਖਿਆ ਔਰ ਮੈਥ 'ਚ ਤੁਹਾਡੇ 60% ਨੰਬਰ ਹੋਣੇ ਚਾਹੀਦੇ ਆ ਤੁਸੀਂ ਪਲੱਸ 2 ਆਰਟਸ ਦੇ ਨਾਲ ਪੜ੍ਹੇ ਹੋ ਤੁਸੀਂ ਬੀ ਕਾਮ ਕਰਨੀ ਹੈ ਜਾਂ ਤੁਸੀਂ ਕਾਮਰਸ ਦੇ ਨਾਲ ਪੜ੍ਹੇ ਹੋ ਪਲੱਸ 2 ਜਾਂ ਤੁਸੀਂ ਮੈਡੀਕਲ ਦੀ ਪੜ੍ਹਾਈ ਪੜੀ ਆ ਫਿਜ਼ਿਕ ਕੈਮਿਸਟਰੀ ਬਾਇਓਲੋਜੀ ਜਿਹੜੇ ਵੀ ਕੋਰਸ ਕੈਨੇਡਾ 'ਚ ਦਾਖਲਾ ਲੈਣਾ ਮੇਕ ਸ਼ੋਰ ਕਿ ਉਸ ਕੋਰਸ ਦੀ ਰਿਕੁਆਇਰਮੈਂਟ ਮੈਥ ਨਾ ਹੋਵੇ ਜੋਸ ਕੋਰਸ ਦੀ ਰਿਕੁਆਇਰਮੈਂਟ ਮੈਥ ਹੈ ਔਰ ਤੁਸੀਂ ਦਾਖਲਾ ਲੈ ਲਿਆ ਹੈ ਫਾਈਲ ਆਤੀ ਹੈ ਤੇ ਵੀਜ਼ਾ ਰਿਫਿਊਜ਼ ਹੋਣਾ ਹੈ ਮੈਕਸਿਮਮ ਕਾਲਜਾਂ ਦੇ ਵਿੱਚ ਜਿਹੜੇ ਤੁਸੀਂ ਕੋਰਸ ਅਪਲਾਈ ਕਰਦੇ ਹੋ ਉਹਨਾਂ ਕੋਰਸਾਂ ਦੇ ਵਿੱਚ ਮੈਥ ਦੀ ਰਿਕੁਆਇਰਮੈਂਟ ਹੈ ਬਹੁਤ ਸਾਰੇ ਬੱਚੇ ਆਰਟਸ ਦੇ ਨਾਲ ਜਦੋਂ ਪੜ੍ਹੇ ਹੁੰਦੇ ਆ ਤਾਂ ਹੋਟਲ ਮੈਨੇਜਮੈਂਟ ਦੇ ਵਿੱਚ ਦਾਖਲਾ ਲੈ ਲੈਂਦੇ ਆ ਤੁਸੀਂ ਹੋਟਲ ਮੈਨੇਜਮੈਂਟ ਚ ਦਾਖਲਾ ਤਾਂ ਲੈ ਸਕਦੇ ਹੋ ਜੇ ਤੁਹਾਡੇ ਕੋਲ ਪਿਛਲੀ ਕੋਈ ਪੜ੍ਹਾਈ ਹੈਗੀ ਹੋਟਲ ਮੈਨੇਜਮੈਂਟ ਦੀ ਜਾਂ ਤੁਹਾਡੇ ਕੋਈ ਪਰਿਵਾਰ ਦੇ ਵਿੱਚ ਕਿਸੇ ਦਾ ਕਾਰੋਬਾਰ ਹੈਗਾ ਜਾਂ ਤੁਹਾਡਾ ਕੋਈ ਰੁਝਾਨ ਹੈਗਾ ਫੋਟਲ ਮੈਨੇਜਮੈਂਟ ਦੇ ਵਿੱਚ ਅੱਜ ਹਰ ਇੱਕ ਬੱਚਾ ਜਿਹਨੇ ਆਰਚ ਕੀਤੀ ਹੈ ਹੋਟਲ ਮੈਨੇਜਮੈਂਟ ਚ ਅਪਲਾਈ ਕੀਤੀ ਜਾ ਰਹੀ ਹੈ ਤੁਹਾਡੇ ਸਬਜੈਕਟ ਕੀ ਹੁੰਦੇ ਐ ਇਲੈਕਟਿਵ ਪੰਜਾਬੀ ਹਿਸਟਰੀ ਪੋਲੀਟੀਕਲ ਸਾਇੰਸ ਇਹਨਾਂ ਸਬਜੈਕਟਾਂ ਨਾਲ ਹੋਟਲ ਮੈਨੇਜਮੈਂਟ ਦੇ ਕੋਰਸ 'ਚ ਵੀਜ਼ਾ ਨਹੀਂ ਆਣਾ ਗਲਤ ਕੋਰਸ ਦੀ ਚੋਣ ਹੋ ਰਹੀ ਹੈ ਤੁਹਾਨੂੰ ਉਦੋਂ ਪਤਾ ਲੱਗਦਾ ਏਜੰਟ ਚੰਗਾ ਕੌਣ ਹੈ ਮਾੜਾ ਕੌਣ ਹੈ ਜਦੋਂ ਤੁਸੀਂ ਰਿਫਿਊਜ਼ ਲੈ ਲੈਂਦੇ ਹੋ ਫਿਰ ਤੁਸੀਂ ਏਜੰਟ ਦਾ ਨੁਕਸ ਕੱਢਣ ਲੱਗ ਪੈਂਦੇ ਹੋ ਜੀ ਜੀ ਏਜੰਟ ਨੇ ਸਾਨੂੰ ਗਾਈਡ ਨਹੀਂ ਕੀਤਾ ਦੇਖੋ ਏਜੰਟ ਦੀ ਆਪਦੀ ਦੁਕਾਨਦਾਰੀ ਆ ਕਦੀ ਕੋਈ ਏਜੰਟ ਨਹੀਂ ਚਾਹੁੰਦਾ ਤੁਹਾਡਾ ਵੀਜ਼ਾ ਰਿਫਿਊਜ਼ ਹੋਵੇ ਇਸ ਚੀਜ਼ ਦਾ ਖਿਆਲ ਤੁਸੀਂ ਰੱਖਣਾ ਕਿ ਜੇਕਰ ਆਰਟਸ ਦੀ ਪੜ੍ਹਾਈ ਪੜੀ ਹੈ 호텔 ਮੈਨੇਜਮੈਂਟ ਦਾ ਕੋਰਸ ਰੈਲੇਵੈਂਟ ਨਹੀਂ ਹੈਗਾ ਤੁਹਾਡੇ ਲਈ ਜੇ ਤੁਸੀਂ ਹੋਟਲ ਮੈਨੇਜਮੈਂਟ ਲੈਣਾ ਹੀ ਹੈ ਤੁਹਾਨੂੰ ਐਸਓਪੀ ਬਹੁਤ ਸਟਰੋਂਗ ਬਣਾਣੀ ਪੈਣੀ ਹੈ ਤੁਹਾਨੂੰ ਦੱਸਣਾ ਪੈਣਾ ਕਿ ਤੁਸੀਂ ਇਹ ਕੋਰਸ ਕਿਉਂ ਦਾਖਲਾ ਲੈ ਰਹੇ ਹੋ ਇਸੇ ਤਰੀਕੇ ਨਾਲ ਤੁਸੀਂ ਕਮਰਸ ਦੀ ਪੜ੍ਹਾਈ ਪੜ੍ਹੀ ਹੈ ਤੁਸੀਂ ਬੀਕੋਮ ਚ ਦਾਖਲਾ ਲਈ ਜਾ ਰਹੇ ਹੋ ਉੱਥੇ ਫਿਰ ਮੈਥ ਚਾਹੀਦਾ ਤੁਸੀਂ ਕੰਪਿਊਟਰ ਦਾ ਕੋਰਸ ਲੈ ਲਿਆ ਕੈਨੇਡਾ ਚ ਤੁਹਾਡੇ ਕੋਲ ਮੈਥ ਦੇ ਵਿੱਚ ਨੰਬਰ ਹੀ 40 ਸੀਗੇ ਸੱਤ-ਸੱਤ ਬੈਂਡ ਵਾਲੇ ਬੱਚੇ ਰਿਫਿਊਜ਼ ਹੋ ਰਹੇ ਅੱਜ ਕਿਉਂ ਕোর্স ਗਲਤ ਲਿਆ ਵਾ ਇੱਕ ਬੱਚਾ ਮਨਪ੍ਰੀਤ ਸਿੰਘ ਪਿਛਲੇ 5 ਦਿਨ ਤੋਂ ਮੇਰੇ ਨਾਲ ਗੱਲ ਕਰ ਰਿਹਾ ਬੱਚਾ ਦੁਬਈ ਦੇ ਵਿੱਚ ਰਹਿੰਦਾ ਵਾ ਉਹ 4 ਵਾਰੀ ਅਪਲਾਈ ਕਰ ਚੁੱਕਾ ਐਮਬੈਸੀ ਦੇ ਵਿੱਚ 4 ਵਾਰੀ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ 7 7.5 ਬੈਂਡ ਐ ਬੱਚੇ ਦੇ ਪ੍ਰੋਬਲਮ ਕੀ ਐ ਪਲੱਸ 2 ਦੇ ਵਿੱਚ 40 ਨੰਬਰ ਨੇ ਮੈਥ ਦੇ ਵਿੱਚ ਕੋਰਸ ਬਾਰ-ਬਾਰ ਬਾਰ-ਬਾਰ ਇੰਜੀਨੀਅਰਿੰਗ ਦਾ ਲੈ ਰਹੇ ਆਂ ਸੀ ਨਹੀਂ ਲੱਗਣੀ ਵੀਜ਼ੇ ਇਦਾਂ ਤੁਸੀਂ ਇੱਕ ਨਰਸ ਹੈਗੇ ਹੋ ਤੇ ਤੁਹਾਡੀ ਪਲੱਸ 2 ਬਾਇਓਲੋਜੀ ਦੀ ਹੋਣੀ ਚਾਹੀਦੀ ਹੈ ਤੁਸੀਂ ਨਰਸਿੰਗ ਦਾ ਕੋਰਸ ਲੈਣਾ ਬੈਂਡ ਤੁਹਾਡੇ ਸਾਥ ਹੋਣੇ ਚਾਹੀਦੇ ਆ ਤੁਸੀਂ ਐਮਬੀਏ ਦੀ ਪੜ੍ਹਾਈ ਕਰਨ ਵਾਸਤੇ ਜਾ ਸਕਦੇ ਜੇ ਜਿਹੜਾ ਬੱਚਿਆਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਚਾਹੇ ਤੁਸੀਂ ਬੀਏ ਨਾਲ ਪੜ੍ਹੇ ਹੋ ਚਾਹੇ ਬੀਐਸਸੀ ਕੀਤੀ ਹੈ ਚਾਹੇ ਕੰਪਿਊਟਰ ਸਾਇੰਸ ਪੜ੍ਹੇ ਹੋ ਚਾਹੇ ਸਿਵਲ ਇੰਜੀਨੀਅਰਿੰਗ ਵੀ ਇਹਦੇ ਵਿੱਚ ਤੁਹਾਡਾ ਦਾਖਲਾ ਬਹੁਤ ਸੌਖਾ ਹੋ ਜਾਏਗਾ ਅਸੀਂ 5000 ਡਾਲਰ ਚ ਭੇਜਦੇ ਪਿਆ ਉਹਨਾਂ ਬੱਚਿਆਂ ਨੂੰ ਭੇਜਦੇ ਪਿਆ ਜਿਹੜੇ ਬੱਚੇ ਨਹੀਂ ਸੀ ਜਾ ਸਕਦੇ ਕਾਲਸ ਦੇ ਵਿੱਚ 6 ਬੈਂਡ ਹੋਣੇ ਚਾਹੀਦੇ ਆ 60% ਤੁਹਾਡੇ ਪਲੱਸ 2 ਦੇ ਵਿੱਚ ਨੰਬਰ ਹੋਣੇ ਚਾਹੀਦੇ ਆ ਤੁਸੀਂ ਸਿਰਫ 5000 ਡਾਲਰ ਫੀਸ ਦੇ ਨਾਲ ਚਲੇ ਜਾਓਗੇ ਅਜੇ ਰਿਫਿਊਜ਼ਲ ਬਹੁਤ ਜ਼ਿਆਦਾ ਵਧੀ ਜੇ ਪਹਿਲਾ ਰੀਜ਼ਨ ਤੁਹਾਡੇ ਬੈਂਡ ਚੰਗੇ ਹੋਣੇ ਚਾਹੀਦੇ ਆ ਦੂਜਾ ਤੁਹਾਡੇ ਕੋਲ ਹਸਾਬ ਹੋਣਾ ਚਾਹੀਦਾ ਤੀਸਰਾ ਫਾਈਲ ਦੇ ਵਿੱਚ ਫੰਡ ਜ਼ਰੂਰ ਲਾਣੇ ਆ ਬਿਨਾਂ ਫੰਡਾਂ ਦੇ ਵੀਜ਼ਾ ਨਹੀਂ ਆਣਾ ਤੁਹਾਡਾ ਭੁੱਲ ਜੋ ਪੁਰਾਣੀਆਂ ਗੱਲਾਂ ਹੋਰ ਸੀਗੀਆਂ ਆਪਣੇ ਦਿਮਾਗ ਚੋਂ ਐਸਡੀਐਸ ਨੌਨ ਐਸਡੀਐਸ ਕੱਢ ਦਿਓ ਸਾਰੇ ਜਣੇ ਜੇ ਕੈਨੇਡਾ ਜਾਣਾ ਫਾਈਲ ਦੇ ਵਿੱਚ ਫੰਡ ਲਾਣੇ ਆ ਆਪਣੇ ਮਾਤਾ ਪਿਤਾ ਦੀ ਆਮਦਨ ਦਾ ਪ੍ਰੂਫ ਲੈਣਾ ਕੋਰਸ ਹੋ ਲੈਣਾ ਜਿਹਦੇ ਚ ਹਸਾਬ ਨਹੀਂ ਚਾਹੀਦਾ ਬੈਂਡ ਤੁਹਾਡੇ ਚੰਗੇ ਹੋਣੇ ਚਾਹੀਦੇ ਆ ਮੋਂਟਰੀਅਲ ਵਾਲੇ ਚੱਕਰ 'ਚ ਬਿਲਕੁਲ ਨਹੀਂ ਫਸਣਾ ਤੁਸੀਂ ਵਰਕ ਪਰਮਿਟ ਦੇ ਕਿਉਂਕਿ ਮੋਂਟਰੀਅਲ ਦੇ ਵਿੱਚ ਆਲਰੇਡੀ ਇਨਵੈਸਟੀਗੇਸ਼ਨ ਚੱਲਦੀ ਵੀ ਕਾਲਜਾਂ ਦੀ ਜੇ ਤੁਸੀਂ ਕਿਸੇ ਮੋਂਟਰੀਅਲ ਦੇ ਕਾਲਜ 'ਚ ਲਾਈ ਹੈ ਫਾਈਲ ਤੁਹਾਨੂੰ 5-7 ਮਹੀਨੇ ਹੋ ਗਏ ਆ ਆਪਣੇ ਕੰਸਲਟੈਂਟ ਨਾਲ ਗੱਲ ਕਰਕੇ ਐਮਬੈਸੀ ਨੂੰ ਵੈਬ ਫਾਰਮ ਦੇ ਜ਼ਰੀਏ ਇਨਫੋਰਮ ਕਰੋ ਜੇ ਤੁਸੀਂ ਵਿਡਰਾਅ ਕਰਕੇ ਕਿਸੇ ਹੋਰ ਕਾਲਜ 'ਚ ਲਾਣਾ ਚਾਹੁੰਦੇ ਹੋ ਕਿਸੇ ਹੋਰ ਕਾਲਜ 'ਚ ਲਾ ਲਓ ਇਹ 10 ਕਾਲਜ ਕਿਉਂ ਐਮਬੈਸੀ ਨੇ ਸਸਪੈਂਡ ਕੀਤੇ ਸੀਗੇ ਉਹੀ ਤੁਹਾਡੇ ਪਿੱਛੇ ਰੀਜ਼ਨ ਹੋਏਗਾ ਜੋ ਉਥੇ ਦੀ ਸਰਕਾਰ ਨੇ ਕੀਤੇ ਸੀ ਤੁਸੀਂ ਹੁਣ ਰੀਜ਼ਨ ਲੱਭਣ ਨਾ ਤੁਰ ਪਿਆਓ ਤੁਸੀਂ ਆਪ ਦੀ ਗੱਲ ਦੇਖੋ ਕਿ ਤੁਸੀਂ ਹੁਣ ਇਸ ਪ੍ਰੋਬਲਮ ਚੋਂ ਕਿੱਦਾਂ ਨਿਕਲਣਾ ਹੈ ਪ੍ਰੋਬਲਮ ਤੁਹਾਡੇ ਤੇ ਪਈ ਹੈ ਅੱਜ ਸਾਰਾ ਦਿਨ ਬੱਚੇ ਇਹੀ ਵਾਰ-ਵਾਰ ਕੁਐਸਚਨ ਪੁੱਛਦੇ ਆ ਫੋਨ ਕਰਦੇ ਆ ਵਟਸਐਪ ਤੇ ਕਾਲ ਜਾਂਦੀਆਂ ਕਿ ਮੇਰਾ ਬਾਂਟਰੀਅਲ ਦਾ ਕੇਸ ਅਪਲਾਈ ਹੋਇਆ ਦਾ ਮੇਰਾ ਰਿਜ਼ਲਟ ਕਦੋਂ ਆਏਗਾ ਜਿੱਦਨੇ ਕਾਲਜ ਸਸਪੈਂਡ ਕੀਤੇ ਸੀ ਗਵਰਨਮੈਂਟ ਨੇ ਸਾਈਡ ਤੇ ਪਾਤਾ ਸੀ 31 ਮਾਰਚ ਤੋਂ ਪਹਿਲਾਂ ਕੁਝ ਨਹੀਂ ਹੋਣਾ ਤੇ ਹਜੇ ਵੀ ਆਪਾਂ ਫਰਵਰੀ ਚ ਬੈਠੇ ਆ ਹਜੇ ਵੀ ਮਹੀਨਾ ਸਵਾ ਮਹੀਨਾ ਤੁਹਾਡੀ ਫਾਈਲ ਦਾ ਕੁਝ ਨਹੀਂ ਬਣਨਾ 31 ਮਾਰਚ ਤੋਂ ਬਾਅਦ ਜੇ ਗਵਰਨਮੈਂਟ ਸਸਪੈਂਸ਼ਨ ਨੂੰ ਕੰਟੀਨਿਊ ਕਰੂਗੀ ਜਾਂ ਉਹਦਾ ਕੋਈ ਹੱਲ ਕੱਢਣਗੇ ਉਸ ਤੋਂ ਬਾਅਦ ਤੁਹਾਡਾ ਕੁਝ ਬਣੇਗਾ ਤਾਂ ਬਣੇਗਾ ਅੱਜ ਰਿਫਿਊਜ਼ ਹੋ ਲੋ ਇਹ ਤੁਹਾਡੀ ਏਆਈਪੀ ਦਾ ਰਜੈਕਟ ਹੋ ਗਿਆ ਤੁਹਾਡਾ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਕੌਣ ਲਵਾਏਗਾ ਵੀਜ਼ਾ ਮੈਂ 100% ਗਾਰੰਟੀ ਲਵਾਂਗਾ ਤੁਹਾਡਾ ਵੀਜ਼ਾ ਲਵਾ ਕੇ ਦਊਂਗਾ ਮੇਰੇ ਕੋਲ ਕਾਗਜ਼ ਲੈ ਕੇ ਆਓ ਆਪਦਾ ਐਪਲੀਕੇਸ਼ਨ ਫਾਰਮ ਲੈ ਕੇ ਆਓ ਆਪਦੀ ਐਸਓਪੀ ਲੈ ਕੇ ਆਓ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸੂਗਾ ਤੁਹਾਡਾ ਵੀਜ਼ਾ ਰਿਫਿਊਜ਼ ਕਿਉਂ ਹੋਇਆ ਜਦੋਂ ਤੱਕ ਤੁਹਾਨੂੰ ਇਹ ਨਹੀਂ ਪਤਾ ਤੁਹਾਡਾ ਵੀਜ਼ਾ ਰਿਫਿਊਜ਼ ਕਿਉਂ ਹੋਇਆ ਉਦੋਂ ਤੱਕ ਤੁਸੀਂ ਵੀਜ਼ੇ ਦੇ ਹੱਕਦਾਰ ਨਹੀਂ ਹੈਗੇ ਜਦੋਂ ਤੱਕ ਤੁਹਾਨੂੰ ਬਿਮਾਰੀ ਨਹੀਂ ਪਤਾ ਲੱਗ ਜੂਗੀ ਨਾ ਤੁਸੀਂ ਇਲਾਜ ਨਹੀਂ ਕਰਾਓਗੇ ਜੇ ਤੁਹਾਡੀ ਅੱਖ ਦੁਖਦੀ ਹੋਊਗੀ ਨਾ ਤੁਸੀਂ ਦੰਦਾਰੀ ਦਵਾਈ ਨਹੀਂ ਲਓਗੇ ਤੁਸੀਂ ਅੱਖ ਦੀ ਦਵਾਈ ਲਓਗੇ ਹੁਣ ਇਹ ਜਾਨਣਾ ਜ਼ਰੂਰੀ ਹੈ ਕਿ ਤੁਹਾਡਾ ਵੀਜ਼ਾ ਕਿਉਂ ਰਿਫਿਊਜ਼ ਹੋਇਆ ਔਰ ਹੁਣੇ ਕਿੱਦਾਂ ਲੱਗੇਗਾ ਕੀ ਕਮੀ ਕੀ ਰਹਿ ਗਈ ਸੀ ਤੁਹਾਡੇ ਅੰਦਰ ਜੇ ਵੀਜ਼ਾ ਰਿਫਿਊਜ਼ ਹੋਇਆ ਨਾ ਇਹਦੇ ਪਿੱਛੇ ਬਹੁਤ ਸਾਰੇ ਹੋਰ ਜੀਰੇ ਤੁਹਾਡੇ ਘਰ ਦੇ ਇੱਕ ਬੰਦੇ ਦਾ ਦਿਲ ਨਹੀਂ ਟੁੱਟਦਾ ਪੂਰੇ ਪਰਿਵਾਰ ਦਾ ਦਿਲ ਟੁੱਟਦਾ ਹੈ ਅਸੀਂ ਇਹ ਕੈਪਲੀਕੇਸ਼ਨ ਨੂੰ ਇੱਕ ਸਟੂਡੈਂਟ ਦੀ ਐਪਲੀਕੇਸ਼ਨ ਨੂੰ ਇੱਕ ਐਪਲੀਕੇਸ਼ਨ ਨਹੀਂ ਮੰਨਦੇ ਇਹ ਸਾਡੇ ਲਈ ਇੱਕ ਪਰਿਵਾਰ ਦੀ ਐਪਲੀਕੇਸ਼ਨ ਹੈ ਡਾਇਰੈਕਟ ਇਨਡਾਇਰੈਕਟ ਇੱਕ ਬੱਚੇ ਦੇ ਨਾਲ 150 ਬੰਦਾ ਜੁੜਿਆ ਹੈ ਜੇ ਅੱਜ ਤੁਸੀਂ ਬਾਹਰ ਜਾਓਗੇ ਤੁਹਾਡੇ ਪਿੰਡ 'ਚ ਤੁਹਾਡਾ ਨਾਮ ਰੋਸ਼ਨ ਹੋਏਗਾ ਤੁਹਾਡੇ ਮਾਪੇ-ਮਾਪ ਨੂੰ ਚੰਗਾ ਸਮਾਜ ਦੇ ਵਿੱਚ ਆਦਰ ਸਤਕਾਰ ਮਿਲੇਗਾ ਜਿਹੜੀ ਪੈਸਿਆਂ ਦੀ ਪ੍ਰੋਬਲਮ ਸੀਗੀ ਜਿਹੜੇ ਡ੍ਰੀਮ ਸੀਗੇ ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰ ਲੋਗੇ ਜੇ ਵੀਜ਼ਾ ਲੱਗੇਗਾ ਕਿੰਨੇ ਕ ਲੋਕ ਨੇ ਅੱਜ ਪੂਰੇ ਪੰਜਾਬ 'ਚ ਜਿਹੜੇ ਕਹਿੰਦੇ ਪੈਸੇ ਬਾਅਦ ਚ ਲੈ ਲਿਓ ਕਿਸੇ ਨੂੰ ਵੀ ਚੋਰ ਠੱਗ ਕਹਿਣਾ ਤਾਂ ਬੜਾ ਹੀ ਸੋਖਾ ਹੈ ਕਿਸੇ ਨੂੰ ਨਿੰਦਾ ਕਰਨੀ ਕਿਸੇ ਦੀ ਕਿਸੇ ਬਾਰੇ ਬੁਰਾ ਬੋਲਣਾ ਤਾਂ ਬਹੁਤ ਸੋਖਾ ਹੈ ਕਿ ਤਾਰੀਫ ਕਰਨੀ ਤਾਂ ਬਹੁਤ ਜ਼ਿਆਦਾ ਔਖੀ ਹੈ ਅਸੀਂ ਪੈਸੇ ਬਾਅਦ ਚ ਲੈਨੇ ਆ ਅਸੀਂ ਕਾਲਜ ਦੀ ਫੀਸ ਨਹੀਂ ਭਰਾਂਦੇ ਤੁਸੀਂ ਅੱਜ ਅਪਲਾਈ ਕਰਨਾ ਕਿਸੇ ਵੀ ਏਜੰਟ ਕੋਲ ਚਲ ਜਿਓ ਪੰਜਾਬ ਚ 12 ਤੋਂ 15000 ਲੋਕਾਂ ਕੋਲ ਲਾਇਸੈਂਸ ਆ ਕਿਸੇ ਵੀ ਕੰਸਲਟੈਂਟ ਕੋਲ ਜਾਓਗੇ ਉਹ ਤੁਹਾਡੇ ਕੋਲੋਂ 150 ਡਾਲਰ ਲੈ ਕੇ ਤੁਹਾਨੂੰ ਆਫਰ ਲੈਟਰ ਲੈ ਦਊਗਾ ਮਿਲ ਜੂਗੀ ਆਫਰ ਲੈਟਰ ਤੁਹਾਨੂੰ 560 ਤੇ ਮਿਲ ਜੂਗੀ ਬਿਨ ਆਈਡ ਤੇ ਵੀ ਮਿਲ ਜੂਗੀ ਫਿਰ ਉਸ ਤੋਂ ਬਾਅਦ ਕੈਨੇਡਾ ਵਾਲ ਨੂੰ ਪੈਸੇ ਭੇਜੋਗੇ ਕਰੋਨਾ ਚੱਲਦਾ ਪਿਆ ਜਿਨ੍ਹਾਂ ਨੇ ਮਾਰਚ ਅਪ੍ਰੈਲ ਚ ਪੈਸੇ ਭੇਜੇ ਸੀ ਅਜੇ ਉਹਨਾਂ ਦਾ ਕੁਝ ਨਹੀਂ ਬਣਿਆ ਕੋਈ 2 ਲੱਖ ਵਿਆਜ ਪਰ ਚੁੱਕਾ ਕੋਈ 2.5 ਲੱਖ ਵਿਆਜ ਪਰ ਚੁੱਕਾ ਕਿਸੇ ਨੂੰ ਬੀਪੀ ਦੀ ਗੋਲੀ ਲੱਗ ਗਈ ਕਿਸੇ ਨੂੰ ਡਿਪਰੈਸ਼ਨ ਹੋ ਗਿਆ ਮਾਵਾਬ ਵੀ ਪਰੇਸ਼ਾਨ ਹੈ ਕਿ ਵੀਜ਼ਾ ਤਾਂ ਲੱਗਾ ਨਹੀਂ ਪੈਸੇ ਤਾਂ ਦੇ ਦਿੱਤੇ ਹਜ਼ਾਰਾਂ ਦੀ ਤਦਦਾਰ ਚ ਲੋਕੀ ਲੋਕਡਾਊਨ ਦੇ ਵਿੱਚ ਵੀ ਪੜੀ ਜਾ ਰਹੇ ਸੀਗੇ ਰਾਤਾਂ ਨੂੰ ਜਾਗ ਜਾਗ ਕੇ ਬੱਚਿਆਂ ਨੇ ਕਲਾਸਾਂ ਲਾਈਆਂ ਆਨਲਾਈਨ ਕੀ ਮਿਲਿਆ ਵੀਜ਼ਾ ਰਿਫਿਊਜ਼ ਹੋ ਗਿਆ ਇੱਕ ਪਾਸੇ ਬੱਚਾ 6 ਮਹੀਨੇ 8 ਮਹੀਨੇ ਦੀ ਪੜ੍ਹਾਈ ਕੰਪਲੀਟ ਕਰ ਚੁੱਕਾ ਹੈ ਉੱਤੋਂ ਵੀਜ਼ਾ ਰਿਫਿਊਜ਼ ਹੋ ਗਿਆ ਹੁਣ ਉੱਤੋਂ ਪੈਸੇ ਵੀ ਵਾਪਸ ਮਿਲਦੇ ਵੇ ਇੱਕ ਸਮਾਂ ਖਰਾਬ ਹੋਇਆ ਪੈਸੇ ਖਰਾਬ ਹੋਏ ਉਮੀਦਾਂ ਟੁੱਟ ਗਈਆਂ ਦੁਬਾਰਾ ਅਪਲਾਈ ਕਰਾਂਗੇ 4-6 ਮਹੀਨੇ ਫੇਰ ਲੱਗਣਗੇ ਮੈਂ ਬਾਤ ਚ ਲੈਣਾ ਪੈਸੇ ਕਰਕੇ ਲੈਣਾ ਥੋੜੀ ਜਿਹੀ ਵੱਧ ਲੈ ਲੈਣਾ ਕੰਮ ਕਰਾ ਕੇ ਪੈਸੇ ਲਈ ਦੇ ਜਿਹੜੇ ਬੱਚੇ ਸਸਤੇ ਕਾਲਜਾਂ 'ਚ ਜਾਣਾ ਚਾਹੁੰਦੇ ਆ ਘੱਟ ਫੀਸ 'ਚ ਜਾਣਾ ਚਾਹੁੰਦੇ ਆ ਉਹਨਾਂ ਬੱਚਿਆਂ ਨੂੰ 5000 ਡਾਲਰ 'ਚ ਭੇਜਦੇ ਆ ਤੁਹਾਡੇ ਪਰਿਵਾਰ 'ਚ ਤੁਹਾਡੇ ਆਂਡ ਗਵਾਂਡ ਤੁਹਾਡਾ ਰਿਸ਼ਤੇਦਾਰ 'ਚ ਕਿਤੇ ਕੋਈ ਗਰੀਬ ਪਰਿਵਾਰ ਦਾ ਬੱਚਾ ਜਿਹੜਾ ਪੈਸਿਆਂ ਦੇ ਖੋਹ ਰਹਿ ਰਿਹਾ ਉਹਨੂੰ ਜ਼ਰੂਰ ਭੇਜਿਓ ਮੇਰੇ ਤੱਕ ਬਿਨਾਂ ਇਲੇਟ ਦੇ ਮੇਰੇ ਕੋਲ ਨਹੀਂ ਵੀਜ਼ਾ ਲੱਗਣਾ ਬੈਂਡ 6 ਇੰਚ ਹੋਣੇ ਚਾਹੀਦੇ ਆ ਤੁਹਾਡੇ 6 ਇੰਚ ਬੈਂਡ ਹੈਗੇ ਆ ਤੁਸੀਂ 5000 ਡਾਲਰ ਦੇ ਨਾਲ ਕੈਨੇਡਾ ਜਾ ਸਕਦੇ ਹੋ ਔਰ ਇਹ 5000 ਡਾਲਰ ਵੀਜ਼ਾ ਲੱਗਣ ਤੋਂ ਬਾਅਦ ਲਊਗਾ ਅੱਜ ਪੈਸਿਆਂ ਦੀ ਪ੍ਰੋਬਲਮ ਹੈ ਕਾਰੋਬਾਰ ਬੰਦ ਹੋ ਗਿਆ ਹੈ ਦੁਕਾਨਾਂ ਨਹੀਂ ਚੱਲਦੀਆਂ ਪਈਆਂ 락ਡਾਊਨ ਦੁਆਰਾ ਲੱਗਣ ਲੱਗਾ ਕਿਸਾਨ ਬਾਰਡਰਾਂ ਤੇ ਬੈਠਾ ਅੱਜ ਦਿਨ ਰਾਤ ਕਿਸੇ ਤਰੀਕੇ ਮੈਂ ਆਪਣੇ ਹੱਕ ਲੈ ਲਵਾਂ ਇਹੋ ਜੇ ਮੌਕੇ ਅਸੀਂ ਵੀ ਚਾਹਨੇ ਆ ਕਿ ਲੋਕਾਂ ਨੂੰ ਸਪੋਰਟ ਕਰੀਏ ਥੋੜੇ ਪੈਸਿਆਂ 'ਚ ਭੇਜਦੇ ਪਏ ਆ ਪੈਸੇ ਬਾਹਰ ਚੁ ਲੈਣੇ ਆ ਹਰ ਇੱਕ ਕੰਪਨੀ ਦੀ ਏਜੰਟ ਦੀ ਆਪਦੀ ਕੋ ਪਾਲਿਸੀ ਹੁੰਦੀ ਹੈ ਆਪ ਦਾ ਕੋਈ ਟਾਰਗੇਟ ਹੁੰਦਾ ਕੀ ਟਾਰਗੇਟ ਹੈ ਸਾਡਾ ਅਸੀਂ ਕਿਉਂ 5000 ਡਾਲਰ ਫੀਸ ਰੱਖੀ ਆ ਅਸੀਂ ਕਿਉਂ ਥੋੜੇ ਪੈਸਿਆਂ ਨਾਲ ਭੇਜਦੇ ਪਏ ਆ ਤਾਂ ਜੋ ਕਿਸੇ ਗਰੀਬ ਦੇ ਘਰ ਵੀ ਮੂਟਾ ਲੱਗ ਜਵੇ ਰੁਜ਼ਗਾਰ ਖਤਮ ਹੋ ਗਿਆ ਵੈ ਤੁਹਾਡੀ ਨੌਕਰੀ ਚਲੀ ਗਈ ਹੈ ਲਾਕਡਾਊਨ ਚ ਤੁਹਾਨੂੰ ਨਹੀਂ ਕੋਈ ਹੋਰ ਰਸਤਾ ਲੱਭਦਾ ਪਿਆ ਮੈਂ ਵੀ ਨਹੀਂ ਹਰੀ ਤੁਹਾਡੇ ਨਾਲ ਖੜਾਣ ਨੂੰ ਤਿਆਰ ਜੇ ਬੈਂਡ 6 E ਚ ਲੈ ਕੇ ਆਇਓ ਵੀਜ਼ਾ ਸੋਖਾ ਲੱਗ ਜਾਊਗਾ ਤੁਹਾਡਾ ਬੈਂਡ ਘੱਟ ਹੈਗੇ ਇਹ ਦੁਬਾਰਾ ਕਰ ਲੋ ਹਾਈਲਾਈਟ ਦੋ ਚਾਰ ਮਹੀਨੇ ਲਾ ਲੋ ਕਿਤੇ ਕਿਸੇ ਚੰਗੇ ਹਾਈਲਾਈਟ ਸੈਂਟਰ ਚ ਪੜ੍ਹ ਲਓ ਨਹੀਂ ਤੁਹਾਡੇ ਸ਼ਹਿਰ ਚ ਛੋਟਾ ਹਾਈਲ ਸੈਂਟਰ ਹੈਗਾ ਕੋਈ ਨਹੀਂ ਚੰਗੀ ਪੜਾਈ ਪੜਾਉਂਦਾ ਵੱਡੇ ਸ਼ਹਿਰ ਚ ਆ ਜਾਓ ਜਲੰਧਰ ਲੁਧਿਆਣਾ ਅਮਰitsar ਚ ਬੜੇ ਵਧੀਆ ਹਾਲ ਸੈਂਟਰ ਹੈਗੇ ਉੱਥੋਂ ਪੜ ਲਓ ਮਹਾਲੀ ਚ ਪੜ ਲਓ ਚੰਡੀਗੜ੍ਹ ਪੜ ਲਓ ਪਟਿਆਲੇ ਪੜ ਲਓ ਕਿਸੇ ਚੰਗੇ ਹਾਲ ਸੈਂਟਰ ਚ ਪੜ ਲਓ ਜਿੱਥੋਂ ਤੁਹਾਨੂੰ 6 ਬੈਂਡ ਇਚ ਮਿਲ ਜਾਣ ਅੱਜ ਜਿੱਦਾਂ ਦਾ ਮੌਸਮ ਹੈ ਨਾ ਉਦਾਂ ਦੇ ਕੱਪੜੇ ਪਾਣੇ ਪਹਿਣੇ ਆ ਇਹ ਹੀ ਪੰਜਾਬ ਹੈ ਜਿੱਥੇ 5 5.5 65 ਤੋਂ ਉੱਤੇ ਬੱਚੇ ਦੇ ਬੈਂਡ ਨਹੀਂ ਸੀ ਆਂਦੇ ਅੱਜ 6 6.5 65 ਨਾਰਮਲ ਬੱਚਾ ਲੈ ਲੈਂਦਾ ਥੋੜੀ ਜੀ ਮਿਹਨਤ ਕਰ ਲਓ ਅੱਜ ਸੋਖਾ ਜੇ ਬਾਹਰ ਜਾਣਾ ਅੱਜ ਲੋਡ ਹੈ ਸਰਕਾਰਾਂ ਨੂੰ ਵੀ ਉੱਤੇ ਦੀ ਪੈਸੇ ਦੀ ਤੈਨੂੰ ਸਮਾਂ ਹੀ ਲੱਗਦੀ ਐ ਇਸ ਵੀਡੀਓ ਦੇ ਨਾਲ ਇੱਕ ਨੰਬਰ ਦਿੱਤਾ ਹੋਇਆ ਮੈਂ ਉਸ ਨੰਬਰ ਤੇ ਕਾਲ ਕਰਕੇ ਮੇਰੇ ਨਾਲ ਅਪਾਇੰਟਮੈਂਟ ਰੱਖ ਲਿਓ ਜਿਹਨੂੰ ਨਹੀਂ ਚੰਗਾ ਲੱਗਦਾ ਮੈਂ ਮਾਫੀ ਚਾਹਾਂਗਾ ਜੇ ਅਸੀਂ ਕਿਸੇ ਦੀ ਉਮੀਦਾਂ ਤੇ ਖਰੇ ਨਾ ਉਤਰ ਪਾਈਏ ਜਿਨ੍ਹਾਂ ਦੇ ਸਾਡੇ ਕੋਲ ਵੀਜੇ ਲੱਗੇ ਨੇ ਜਾਂ ਜਿਨ੍ਹਾਂ ਨੇ ਲਵਾਣੇ ਨੇ ਜਾਂ ਜਿਨ੍ਹਾਂ ਦੀਆਂ ਫਾਈਲਾਂ ਵੀ ਮੈਸੀਜ ਐ ਉਹਨਾਂ ਸਾਰੇ ਵੀਰਾਂ ਨੂੰ ਇਹੀ ਕਵਾਂਗਾ ਅੱਜ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈਗੇ ਵੀਜ਼ੇ ਦੇ ਜੇ ਤੁਹਾਡੀ ਫਾਈਲ ਕਿਸੇ ਵੀ ਏਜੰਟ ਕੋ ਲੱਗੀ ਹੋਈ ਆ ਕੋਸ਼ਿਸ਼ ਕਰੋ ਨਾਲ ਦੀ ਨਾਲ ਆਲਸ ਦੁਆਰਾ ਕਰ ਲਓ ਅੱਜ ਐਮਬੈਸੀ ਨੂੰ ਚੰਗੇ ਬੈਂਡ ਵਾਲਾ ਬੱਚਾ ਚਾਹੀਦਾ ਮੈਨੂੰ ਮਿਲਣਾ ਚਾਹੁੰਦੇ ਹੋ ਸਾਡੀ ਟੀਮ ਨੂੰ ਮਿਲਣਾ ਚਾਹੁੰਦੇ ਹੋ ਸਾਡੇ ਕੋਲ ਕੇਸ ਲਵਾਉਣਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਅਪਾਇੰਟਮੈਂਟ ਰੱਖ ਲਓ ਤੁਹਾਡਾ ਕੋਈ ਸਵਾਲ ਹੈ ਤਾਂ ਕਮੈਂਟ ਬਾਕਸ 'ਚ ਲਿਖੋ ਮੈਂ ਤੁਹਾਡੇ ਸਵਾਲਾਂ ਦੇ ਸਾਰੇ ਸਵਾਲਾਂ ਦਾ ਜਵਾਬ ਅਗਲੀ ਵੀਡੀਓ 'ਚ ਦੇਣ ਦੀ ਕੋਸ਼ਿਸ਼ ਕਰੂੰਗਾ ਧੰਨਵਾਦ